ਕੀ ਪਤਾ ਕੀ ਕਹਿੰਦੇ ਪਾਸਟਰ ਜੀ ਦਿਲ ਨਹੀਂ ਕਰਦਾ ਪਾਸਟਰ ਜੀ ਸਾਡਾ ਤੇ ਜਦੋਂ ਮੈਂ ਦਵਾ ਦੇ ਵਿੱਚ ਬਹਿੰਦੀ ਆ ਨਾ ਪਾਸਟਰ ਜੀ ਮੈਂ ਬਹਿਣਾ ਵਾ ਮੇਰਾ ਦਿਲ ਨਹੀਂ ਕਰਦਾ ਉਹ ਦਿਲ ਤਾਂ ਪਾਗਲ ਹੈ ਦਿਲ ਦੀ ਕਿਉਂ ਸੁਣਦੇ ਆ ਦਿਲ ਤਾਂ ਕੀ ਆ ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋ ਕੇ ਚੁੱਪ ਉਹ ਦਿਲ ਦੀ ਕਿਉਂ ਸੁਣਦੇ ਆ ਜੇ ਦਿਲ ਦੇ ਮਗਰ ਲੱਜੂਗੇ ਤੁਸੀਂ ਕੀ ਬਣ ਜਾਣਾ ਜੇ ਪਾਗਲ ਦੇ ਮਗਰ ਲੱਗੂਗੇ ਕੀ ਬਣ ਜਾਓਗੇ ਪਾਗਲ ਬੋਲੋ ਉੱਚੀ ਆਵਾਜ਼ ਨਾ ਅੱਜ ਲੋਕੀ ਦਿਲ ਦੀ ਸੁਣਦੇ ਆ ਪਾਸਟਰ ਜੀ ਅੱਜ ਮੇਰਾ ਦਿਲ ਨਹੀਂ ਸੀ ਕਰਦਾ ਚਰਚ ਚੌਣ ਨੂੰ ਹਾਏ ਹਾ ਦਿਲ ਕਿਉਂ ਕਰਦਾ ਦਿਲ ਨੇ ਤਾਂ ਆਪੇ ਨਹੀਂ ਕਰਨਾ ਦਿਲ ਚ ਤਾਂ ਸ਼ੈਤਾਨ ਬੈਠਾ ਪਤਾ ਮੰਮੀ ਡੈਡੀ ਕੰਮ ਤੇ ਜਾਣਗੇ ਚਰਚ ਜਾਣਗੇ ਪਿੱਛੋਂ ਹੈਲੋ ਕੀ ਕਰਦੀ ਆ ਹਾਂਜੀ ਕੋਈ ਨਹੀਂ ਘਰੇ ਆ ਜਾਓ ਹੈਲੋ ਸੁਣ ਰਹੇ ਹੋ ਇਹ ਸਲੀਅਤ ਆ ਕਈਆਂ ਨੂੰ ਹਾਂ ਪਾਸਟਰ ਨੇ ਕੀ ਕਹਿੰਦਾ ਜਦੋਂ ਟੀਵੀਆਂ 'ਚ ਨੰਗੀਆਂ ਪੜੀਆਂ ਦੇ ਇੰਨੇ ਕੱਪੜਿਆਂ ਵਾਲੀਆਂ ਉਦੋਂ ਨਹੀਂ ਹਾਂ ਕਹਿੰਦੀਆਂ ਉਦੋਂ ਨਹੀਂ ਕਹਿੰਦੀਆਂ ਕੁੜੀਆਂ ਤੂੰ ਰਸੋਈ 'ਚ ਚੱਲ ਜਾਂਦਾ ਪੇ ਬੈਠਾ ਉਦੋਂ ਕਹਿੰਦੀਆਂ ਨਹੀਂ ਆ ਜਾ ਨਹੀਂ ਆ ਜਾ ਕਟਰੀਨਾ ਕੈਫ ਆ ਗਈ ਦੇਖ ਲੈ ਡਾਂਸ ਕਰਨ ਡਈ ਆ ਉਦੋਂ ਨਹੀਂ ਮਾਮਾ ਕਹਿੰਦੀਆਂ ਜਦੋਂ ਵਚਨ ਦੇ ਵਿੱਚ ਗੱਲ ਹੋ ਜਾਵੇ ਹਾਂ ਨਹੀਂ ਪਾਸਟਰ ਨੇ ਹਾਂ ਕਹਿਤਾ ਤੇ ਜਦੋਂ ਟੀਵੀ ਦੇ ਵਿੱਚ ਗੰਦੇ ਗਾਣੇ ਸੁਣਦੇ ਆ ਉਦੋਂ ਨਹੀਂ ਸੁਣਦਾ ਟੀਵੀ ਕੀ ਕਹਿੰਦਾ ਹਾਲੇਲੂਇਆ ਹਾਲੇਲੂਇਆ ਕਿਉਂਕਿ ਮੈਂ ਤੁਹਾਨੂੰ ਕੀ ਦਿਖਾਉਣਾ ਵਾ ਬੋਲੋ ਜੀ ਆਵਾਜ਼ ਨਾ ਸ਼ੀਸ਼ਾ ਤੇ ਜਿਹੜੇ ਮੂੰਹ ਤੇ ਦਾਗ ਲੱਗੇ ਹੋਏ ਨਾ ਸ਼ੈਤਾਨ ਨੇ ਲਾਏ ਹੋਏ ਅੱਜ ਉਹ ਦਾਗ ਸਾਫ਼ ਕਰਨੇ ਆ ਹਾਲੇਲੂਇਆ ਹਾਲੇਲੂਇਆ ਇਹ ਵਚਨ ਸ਼ੀਸ਼ਾ ਵਾ ਇਹ ਵਚਨ ਸ਼ੀਸ਼ਾ ਜਦੋਂ ਵਚਨ ਨੂੰ ਧਿਆਨ ਨਾਲ ਦੇਖੋਗੇ ਤੁਹਾਡੀ ਜ਼ਿੰਦਗੀ ਜਿਹੜੇ ਸ਼ੈਤਾਨ ਨੇ ਦਾਗ ਲਾਏ ਹੋਏ ਆ ਉਹ ਦਾਗ ਅੱਜ ਸਾਫ਼ ਹੋਣਗੇ ਯਿਸੂ ਮਸੀਹ ਦੇ ਨਾਮ ਮੈਂ ਆਮੇ ਮੈਂ ਉਹਨਾਂ ਦੇ ਵਿੱਚੋਂ ਨਹੀਂ ਆ ਜਿਹੜਾ ਭਾਈ ਗਲਤੀ ਵੀ ਕਰ ਚੱਲ ਕੋਈ ਨਹੀਂ ਭਾਈ ਕੋਈ ਨਹੀਂ ਚੱਲ ਕੋਈ ਨਹੀਂ ਚਰਚ ਆਉਂਦਾ ਨਹੀਂ 100 ਰੁਪਏ ਜਾਂਦਾ ਦਿੰਦਾ ਨਹੀਂ ਚੱਲ ਕੋਈ ਨਹੀਂ ਕਿਸੇ ਨੂੰ ਨਹੀਂ ਦੱਸਦੇ ਮੈਂ ਕਹਿੰਦਾ ਨਾ ਭਰਾਵਾ ਹਟਣਾ ਤਾਂ ਹਟ ਜਾ ਜਾਂ ਘਰੇ ਚੱਲ ਜਾ ਨਰਕ ਨਹੀਂ ਜਾਊਂਗਾ ਪਰ ਬੰਦਿਆਂ ਵਾਂਗੂ ਚੱਲ ਯਿਸੂ ਮਸੀਹ ਦੇ ਵਚਨ ਦੇ ਅਕੋਰਡਿੰਗ ਚੱਲ ਜੋ ਪਰਮੇਸ਼ਰ ਦਾ ਵਚਨ ਕਹਿੰਦਾ ਉਹਦੇ ਅਕੋਰਡਿੰਗ ਚੱਲ ਜੋ ਪਰਮੇਸ਼ਰ ਦਾ ਤੈਨੂੰ ਆਤਮਾ ਗਵਾਹੀ ਕਰਦਾ ਉਹਦੇ ਅਕੋਰਡਿੰਗ ਚੱਲ ਹਾਲੇਲੂਇਆ 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 ਅੱਜ ਮੇਰੇ ਭੈਣੋ ਤੇ ਪ੍ਰਭੂ ਵਚਨ ਸਾਡੇ ਅੰਦਰੋਂ ਸ਼ੈਤਾਨ ਕੀ ਕਰਦਾ ਚਰਾਉਂਦਾ ਵਾ ਕੀ ਚਰਾਉਂਦਾ ਸਾਡੇ ਅੰਦਰੋਂ ਵਚਨ ਅੱਜ ਸਾਡੇ ਵਚਨ ਉਹਨੇ ਦਿਲ 'ਚ ਰਹਿਣ ਹੀ ਨਹੀਂ ਦੇਣਾ ਕਿ ਵਚਨ ਸੁਣ ਕੇ ਕਿਤੇ ਬਚ ਨਾ ਜਾਵੇ ਕਿਉਂਕਿ ਵਚਨ ਸੁਣਨ ਦੇ ਨਾਲ ਤੁਸੀਂ ਤੌਬਾ ਕਰਨੀ ਆ ਵਚਨ ਸੁਣਨ ਦੇ ਨਾਲ ਤੁਸੀਂ ਬਪਤਿਸਮਾ ਲੈਣਾ ਵਚਨ ਸੁਣਨ ਦੇ ਨਾਲ ਤੁਸੀਂ ਪਵਿੱਤਰ ਆਤਮਾ ਪਾਉਣਾ ਵਚਨ ਸੁਣਨ ਦੇ ਨਾਲ ਹੀ ਤੁਸੀਂ ਸ਼ੈਤਾਨ ਨੂੰ ਹਰਾਉਣਾ ਵਾ ਵਚਨ ਸੁਣਨ ਦੇ ਨਾਲ ਹੀ ਤੁਸੀਂ ਸਵਰਗ ਰਾਜ ਦੇ ਵਿੱਚ ਜਾਣਾ ਵਾ ਹਾਲੇਲੂਇਆ 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 ਅੱਜ ਪਾਸਟਰ ਜੀ ਮੇਰੇ ਫੋਨ ਦੇ ਵਿੱਚ ਵਚਨ ਹੈਗਾ ਮੇਰੇ ਫੋਨ ਦੇ ਵਿੱਚ ਮੈਂ ਪਾਸਟਰ ਸ਼ਮੌਨ ਦਾ ਵਚਨ ਰੱਖਿਆ ਜਦੋਂ ਵਚਨ ਮੈਂ ਇੱਕ ਦਿਨ ਮੁੰਡੇ ਦੇ ਫੋਨ ਫੜਿਆ ਉਹ ਫੋਨ ਦੇ ਦਿਓ ਮੈਨੂੰ ਵੀ ਯਾਰ ਹਾਲੇਲੂਇਆ ਮੇਰੀ ਸੁਣਨ ਦੇ ਕਾਕਾ ਹਾਲੇਲੂਇਆ ਜਦੋਂ ਮੈਂ ਫੋਨ ਸੁਣਿਆ ਮੇਰਾ ਵਚਨ ਉਹਨੇ ਭਰਿਆ ਹੋਇਆ ਸੀਗਾ ਮੈਂ ਜਦੋਂ ਵਚਨ ਸੁਣਦਾ ਹੈਗਾ ਵਚਨ ਮੋਕਿਆ ਤੇ ਜਦੋਂ ਮੈਂ ਅੱਗੇ ਕੀਤਾ ਅੱਗੇ ਗੀਤ ਚੱਲ ਪਿਆ ਅੱਗੇ ਗੀਤ ਚੱਲ ਪਿਆ ਲੱਕ 28 ਮੈਂ ਕਿਹਾ ਇਹ ਕਿਹਨੇ ਗਾਇਆ ਉਹਦੇ ਚ ਵਚਨ ਰੱਖਿਆ ਹੋਇਆ ਉਹਦੇ ਚ ਲੱਕ 20 ਰੱਖਿਆ ਹੋਇਆ ਉਹ ਭਰਾਵਾ ਜਦ ਵਚਨ ਕੱਟ ਦੇ ਜਾਂ ਗਾਣਾ ਕੱਟ ਦੇ ਹਾਲੇਲੂਇਆ ਇੱਕ ਮਿਆਂ ਚ ਦੋ ਤਲਵਾਰਾਂ ਰਹਿੰਦੀਆਂ ਬੋਲੋ ਚੀ ਵਾਜ ਨਾ ਨਹੀਂ ਨਹੀਂ ਰਹਿੰਦੀਆਂ ਨਾ ਚਲੋ ਬਹੁਤ ਸੋਹਣੀ ਗੱਲ ਹੈ ਪਰ ਸਾਡੇ ਦਿਲ ਦੇ ਵਿੱਚ ਸੁਣੋ ਸ਼ੈਤਾਨ ਵੀ ਰਹਿੰਦਾ ਤੇ ਯਿਸੂ ਮਸੀਹ ਵੀ ਰਹਿੰਦਾ ਐਤਵਾਰ ਨੂੰ ਐਤਵਾਰ ਜੀ ਯਿਸੂ ਮਸੀਹ ਜੀ ਆ ਜਿਓ ਯਿਸੂ ਮਸੀਹ ਆ ਗਿਆ ਤੇ ਜਦੋਂ ਐਤਵਾਰ ਬਦਲੀ ਖਤਮ ਹੋਈ ਸ਼ੈਤਾਨ ਆ ਜਾ ਤੇ ਸ਼ੈਤਾਨ ਆ ਗਿਆ ਫਿਰ ਵਿਆਹ ਤੇ ਜਾਣਾ ਡੀਜੇ ਚੱਲਦਾ ਪਰੇ ਹੋ ਜਾਓ ਜਾ ਕੇ ਮੈਨੂੰ ਨੱਚਣਾ ਮੈਨੂੰ ਜਗ੍ਹਾ ਦੇ ਦਿਓ ਨੱਚਣਾ ਖੱਪ ਪਾਉਣੀ ਪੂਰਾ ਛੱਜ ਭੰਨਣਾ ਫਿਰ ਪੂਰਾ ਪਰਦਾ ਬਕੇ ਘੋੜੀਆਂ ਗੋਣੀਆਂ ਨਾਨਕੀ ਛੱਕ ਵਾਲੀਆਂ ਵੀ ਜਿਹੜੀਆਂ ਬੀਬੀਆਂ ਕੰਨਾਂ ਚੋਂਗਲਾਂ ਲੈ ਲਹਾਏ ਨੇ ਕਿੰਨਾ ਗੰਦ ਬਕਦੀ ਉਸੇ ਮੂੰਹ ਦੇ ਵਿੱਚ ਚਰਚ ਜਾ ਕੇ ਉਹ ਪ੍ਰਭੂ ਯਿਸੂ ਮਸੀਹ ਜੀ ਜੇ ਕੋਈ ਗਲਤੀ ਗਨਾਹ ਹੋ ਗਿਆ ਹੋਵੇ ਤਾਂ ਮਾਫ਼ ਕਰਿਓ ਉਹ ਪ੍ਰਭੂ ਯਿਸੂ ਮਸੀਹ ਜੀ ਮੈਂ ਮਾਫ਼ੀ ਮੰਗਦੀ ਹਾਂ ਫਿਰ ਵਾਧੂ ਜਿਹੜਾ ਵਿਆਹ ਅੱਛਾ ਵਿਆਹ ਆ ਗਿਆ ਚੱਲ ਬੀਬੀ ਤੈਨੂੰ ਲਿਜਾਣਾ ਉੱਥੇ ਤੂੰ ਹੀ ਸਭ ਤੋਂ ਵਧੀਆ ਗਾਲਾਂ ਕੱਢਦੀ ਹਾਂ ਫਿਰ ਅਸੀਂ ਕੀ ਕਹਿੰਦੇ ਅਸੀਂ ਕੀ ਹਾਂ ਮਸੀਹ ਹਾਂ ਇਹ ਮਸੀਹ ਨਹੀਂ ਚਾਹੀਦੇ ਦੋਗਲੇ ਮਸੀਹ ਨਹੀਂ ਚਾਹੀਦੇ ਅੱਜ ਦੁਨੀਆ ਦੇ